ਸਤਿ ਸ਼੍ਰੀ ਅਕਾਲ ਦੋਸਤੋ। ਪੀਐਮ ਮੋਦੀ ਦਾ ਕੱਲ੍ਹ ਨੂੰ ਪੰਜਾਬ ਦੇ ਵਿੱਚ ਦੌਰਾ। ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਅੱਧ ਤੋਂ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 23 ਮਈ ਨੂੰ ਪੰਜਾਬ ਦਾ ਦੌਰਾ ਕਰਨ ਜਾ ਰਹੇ ਨੇ। ਇਸ ਦੌਰਾਨ ਪੀਐਮ ਮੋਦੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਭਾਜਪਾ ਲਈ ਪ੍ਰਚਾਰ ਕਰਨਗੇ। ਪੰਜਾਬ ਭਾਜਪਾ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਚੋਣ ਪ੍ਰਚਾਰ ਲਈ ਪਹਿਲੀ ਰੈਲੀ ਪਟਿਆਲਾ ਦੇ ਵਿਖੇ ਕੀਤੀ ਗਈ। ਰੈਲੀ ਲਈ ਪਟਿਆਲਾ 'ਚ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸ ਦੌਰਾਨ ਰੈਲੀ 'ਚ ਆਉਣ ਵਾਲੇ ਵਾਹਨਾਂ ਲਈ ਵਿਸ਼ੇਸ਼ ਰੂਟ ਪਲਾਨ ਬਣਾਇਆ ਗਿਆ ਹੈ। ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵਿੱਚ ਹੈਵੀ ਟ੍ਰੈਫਿਕ ਸ਼ਹਿਰ ਦੇ ਅੰਦਰ ਮੁਕੰਮਲ ਤੌਰ 'ਤੇ ਇਸ ਦਿਨ ਪਾਬੰਦੀ ਲਗਾਈ ਗਈ ਹੈ। ਹੈਵੀ ਟ੍ਰੈਫਿਕ ਲਈ ਰੂਟ ਪਲੈਨ ਹੈਵੀ ਟ੍ਰੈਫਿਕ ਸਿਟੀ ਦੇ ਅੰਦਰ ਮੁਕੰਮਲ ਤੌਰ 'ਤੇ ਬੰਦ ਰਹੇਗੀ। ਸੰਗਰੂਰ ਸਾਈਡ ਤੋਂ ਆਉਣ ਵਾਲੇ ਹੈਵੀ ਟ੍ਰੈਫਿਕ ਬਾਈਪਾਸ ਤੋਂ ਅੰਦਰ ਨਹੀਂ ਆਏਗੀ। ਸਮਾਣਾ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਪਸਿਆਣਾ ਤੋਂ ਅੰਦਰ ਨਹੀਂ ਆਏਗੀ। ਮੇਨ ਸਾਈਡ ਅਤੇ ਡਕਾਲਾ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਬਾਈਪਾਸ ਤੋਂ ਅੰਦਰ ਨਹੀਂ ਆਏਗੀ। ਦੇਵੀਗੜ੍ਹ ਸਾਹਿਬ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਨਾਨਕਸਰ ਗੁਰਦੁਆਰਾ ਸਾਹਿਬ ਤੋਂ ਅੰਦਰ ਅੱਗੇ ਨਹੀਂ ਆਏਗੀ। ਨਾਭਾ ਸਾਹਿਬ ਤੋਂ ਆਉਣ ਵਾਲੀ ਰੈਲੀ ਹੈਵੀ ਟ੍ਰੈਫਿਕ ਜੀ ਹਾਂ ਤਬਲਾਨ ਤੋਂ ਅੱਗੇ ਸਿਟੀ ਵੱਲ ਨਹੀਂ ਜਾਏਗੀ। ਪਾਸੋ ਸਾਈਡ ਤੋਂ ਆਉਣ ਵਾਲੀ ਹੈਵੀ ਟ੍ਰੈਫਿਕ ਸਿਓਨਾ ਚੌਂਕ ਤੋਂ ਸਰਹੰਦ ਰੋਡ ਤੱਕ ਹੀ ਜਾਵੇਗੀ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ